ਵਕਤ ਦਾ ਰਾਜਾ ਵੀ ਰੋਜ਼ ਰੱਥ ਤੇ ਬੈਠ ਕੇ ਲੰਘਦਾ ਸੀ, ਰਾਜ ਮਹਿਲਾਂ ਤੋਂ ਰਾਜ ਸਭਾ ਵਿੱਚ ਜਾਂਦਾ ਸੀ ਉਸੇ ਰਸਤੇ ਤੋਂ। ਮਨ ਵਿੱਚ ਰਾਜੇ ਦੇ ਖਿਆਲ ਆਇਆ, ਭਜਨੀਕ ਬੜਾ ਹੈ, ਲਿਵਲੀਨ ਰਹਿੰਦਾ ਹੈ, ਹਰ ਵਕਤ ਸੁਰਤ ਦੀ ਇਕਾਗਰਤਾ ਵਿੱਚ ਰਹਿੰਦਾ ਹੈ, ਇਹਨੂੰ ਆਪਣੇ ਮਹਿਲਾਂ ਚ ਬੁਲਾ ਲਿਆ, ਦਾਵਤ ਦੇ ਦੇ, ਕੁਝ ਦਿਨ ਸਾਡੇ ਮਹਿਲਾਂ ਚ ਰਵੇ, ਦੋ ਚਾਰ ਦਿਨ, ਅੱਠ ਦਸ ਦਿਨ। ਇਹ ਮਨ ਵਿੱਚ ਸੋਚ ਲਿਆ ਬਈ ਰਾਜ ਸਭਾ ਤੋਂ ਵਾਪਸੀ ਤੇ ਆਉਂਦਿਆਂ ਪ੍ਰਾਰਥਨਾ ਕਰਾਂਗਾ, ਕਵਾਂਗਾ। ਵਾਪਸ ਆ ਰਿਹਾ, ਜੋਗੀ ਕੋਲ ਇਸਨੇ ਰੱਥ ਰੁਕਵਾਇਆ, ਉਤਰਿਆ, ਹੱਥ ਜੋੜ ਕੇ ਆਖਿਆ, ਸੰਤ ਜੀ ਕੁਛ ਦਿਨ ਸਾਡੇ ਗ੍ਰਹਿ ਦੇ ਚ ਰਹੋ, ਕੁਛ ਦਿਨ। ਉਹ ਸਾਧੂ ਇਕਦਮ ਖੜਾ ਹੋ ਗਿਆ, ਕਹਿੰਦਾ ਚਲੋ। ਰਾਜੇ ਦੀ ਅੱਧੀ ਸ਼ਰਧਾ ਟੁੱਟ ਗਈ, ਕਹਿੰਦਾ ਲੈ, ਕਿਤੇ ਨਾਜ ਨਖਰੇ ਕੁਝ ਕੀਤੇ ਹੀ ਨਹੀਂ। ਜਿੰਨੇ ਚਿਰ ਤੱਕ ਬੰਦਾ ਨਾਜ ਨਖਰੇ ਕਰੇ ਨਾ, ਅਗਲਾ ਉਹਨੂੰ ਸੰਤ ਨਹੀਂ ਮੰਨਦਾ। ਇਸ ਵਾਸਤੇ ਬੜੇ ਬੜੇ ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਵਾਸਤਵਿਕ ਸੰਤ ਨਹੀਂ ਆਉਂਦੇ, ਗੁਸਤਾਖੀ ਨੂੰ ਸਰਲ ਨਹੀਂ ਆਉਂਦੇ, ਬੜੇ ਬਿਖਮ ਆਉਂਦੇ, ਬਹੁਤ ਬਿਖਮ ਆਉਂਦੇ ਨੇ, ਸਰਲ ਨਹੀਂ ਆਉਂਦੇ, ਸਾਦੇ ਨਹੀਂ ਆਉਂਦੇ। ਪਰ ਰਾਜੇ ਦੀ ਸ਼ਰਧਾ ਟੁੱਟ ਗਈ, ਹੈਂ, ਇਹ ਤੇ ਇਸੇ ਉਡੀਕ ਸੀ, ਕਦੋਂ ਮੈਂ ਦਾਵਤ ਦੇਵਾਂ ਤੇ ਚਲੀਏ ਮਹਿਲਾ ਚ, ਇਹ ਤੇ ਇਸੇ ਉਡੀਕ ਸੀ। ਮੈਂ ਕਿਹਾ ਤੇ ਖੜਾ ਹੋ ਗਿਆ, ਕਹਿ ਚੁੱਕਿਆ ਸੀ ਰਾਜਾ, ਹੁਣ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹੀਨ ਸਮਝੀ, ਲੇਕਿਨ ਸ਼ਰਧਾ ਉਸਦੀ ਅੱਧੀ ਟੁੱਟ ਗਈ। ਬਿਠਾ ਲਿਆ ਰੱਥ ਚ, ਮਹਿਲਾਂ ਚ ਲੈ ਗਿਆ, ਜਿਹੜਾ ਮਹਿਮਾਨ ਖਾਨਾ ਸੀ ਉਹਦੇ ਠਹਿਰਾਇਆ, ਜਿਹੜੇ ਪਕਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾਧੇ। ਫਿਰ ਉਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਿਲਵਾਏ ਸਨ ਉਹ ਦਿੱਤੇ, ਵੀ ਇਹ ਪਹਿਨ ਲੈ ਤੂੰ, ਉਹਨੇ ਉਹ ਵੀ ਪਾ ਲਿਆ, ਉਹ ਕੀਮਤੀ ਕੱਪੜੇ ਵੀ ਪਹਿਨ ਲਏ। ਰਾਤ ਨੂੰ ਬੜੇ ਸੁੰਦਰ ਸੇਜਾ ਤੇ ਉਹ ਸੁੱਤਾ, ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ, ਐਸ਼ੋ ਆਰਾਮ ਰੋਜ਼ ਮੁਹੱਈਆ ਰਾਜਾ ਕਰਾ ਦਿੰਦਾ ਸੀ। ਅੱਜ ਚੌਥੇ ਦਿਨ ਰਾਜਾ ਕੋਲ ਬੈਠਾ, ਸੰਤ ਨੂੰ ਵੀ ਦਿਸ ਪਿਆ, ਇਹਦੇ ਅੰਦਰ ਸ਼ਰਧਾ ਨਹੀਂ ਰਹੀ, ਸੰਤ ਨੂੰ ਦਿਸ ਪਿਆ। ਮੈਂ ਹੁਣੇ ਹੀ ਅਰਜ਼ ਕੀਤੀ, ਅੱਖਾਂ ਬਹੁਤ ਕੁਝ ਦੱਸ ਦਿੰਦੀਆਂ, ਬਹੁਤ ਕੁਝ ਦੱਸ। ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ, ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜੇ, ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ। ਜੋ ਮੈਂ ਕੱਪੜੇ ਪਹਿਨਣ ਉਹੀ ਤੁਸੀਂ ਪਹਿਨਣ, ਜੋ ਮੈਂ ਖਾਧਾ ਹੈ ਉਹੀ ਤੁਸੀਂ ਖਾਧਾ ਹੈ। ਜਿਸ ਤਰ੍ਹਾਂ ਦੇ ਮਹਿਲਾਂ ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹਿ ਰਹੇ ਹੋ, ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੁੱਤਾ ਤੁਸੀਂ ਸੁੱਤੇ ਹੋ, ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਤੇ ਮੇਰੇ ਵਿੱਚ। ਇਸ ਵਾਸਤੇ ਮੇਰਾ ਸਿਰ ਨਹੀਂ ਚੁੱਕਿਆ, ਇਸ ਵਾਸਤੇ ਮੈਂ ਹੱਥ ਨਹੀਂ ਜੋੜਿਆ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ ਤੁਸੀਂ ਦੱਸੋ। ਸੰਤ ਕਹਿਣ ਲੱਗਾ, ਦੱਸਾਂਗਾ ਤੇ ਸਹੀ, ਪਰ ਇੱਥੇ ਨਹੀਂ, ਬਾਹਰ ਚੱਲ।
ਪ੍ਰਾਚੀਨ ਗਾਥਾ ਹੈ, ਪੁਰਾਣੀ ਕਥਾ ਹੈ। ਰਾਜਾ ਵੀ ਬੜਾ ਉਤਾਵਲਾ ਸੀ, ਚਲੋ ਦੱਸੇਗਾ, ਕਹਿੰਦੇ ਚਲੋ ਫਿਰ ਬਾਹਰ ਚਲੋ। ਪੁਰਾਣੇ ਰਜਵਾੜੇ ਹੁੰਦੇ ਸਨ, ਛੋਟੀਆਂ ਛੋਟੀਆਂ ਜਗੀਰਾਂ, 8-10 ਪਿੰਡਾਂ ਦਾ ਰਜਵਾੜਾ। ਮਹਾਤਮਾ ਬੁੱਧ ਦਾ ਪਿਤਾ ਕਪਿਲ ਵਸਤੂ ਦਾ ਰਾਜਾ ਸੀ, 35-40 ਪਿੰਡ ਸਨ ਛੋਟੇ ਛੋਟੇ, ਹੋਰ ਕੁਛ ਵੀ ਨਹੀਂ ਸੀ। ਗਾਲਬਨ 3-4 ਫਰਲਾਂਗ ਜਦ ਚਲੇ, ਰਾਜਾ ਕਹਿੰਦੇ ਦੱਸੋ, ਬਹੁਤ ਦੂਰ ਆ ਗਏ ਹਾਂ, ਤੁਹਾਡੇ ਸਾਡੇ ਚ ਫਰਕ ਕੀ ਹੈ? ਸੰਤ ਕਹਿੰਦਾ ਅੱਗੇ ਦੱਸਾਂਗੇ, ਅੱਗੇ ਦੱਸਾਂਗੇ। ਪੂਰਾ ਮੀਲ ਚੱਲ ਰਿਹਾ, ਹੁਣ ਰਾਜਾ ਫਿਰ ਪੁੱਛਦਾ, ਹੁਣ ਤੇ ਦੱਸੋ, ਮੈਂ ਤੇ ਚੱਲ ਕੇ ਥੱਕ ਗਿਆ, ਮੈਂ ਕਦੇ ਇਤਨਾ ਚੱਲਿਆ ਨਹੀਂ, ਤੁਸੀਂ ਬਹੁਤ ਮੈਨੂੰ ਚਲਾ ਲਏ, ਹੁਣ ਤੇ ਦੱਸੋ। ਸੰਤ ਕਹਿੰਦਾ ਦੱਸਾਂਗਾ ਅੱਗੇ। 2 ਮੀਲ ਦੀ ਵਾਟ ਤੈਅ ਹੋਈ, ਇਤਨਾ ਕਦੀ ਚੱਲਿਆ ਨਹੀਂ ਸੀ ਰਾਜਾ, ਰੱਥ ਤੇ ਸਵਾਰੀ ਕਰਦਾ ਸੀ। ਆਖਣ ਲੱਗਾ ਸੰਤ ਜੀ ਹੁਣ ਤੇ ਦੱਸੋ। ਕਹਿਣ ਲੱਗੇ ਥੋੜੀ ਦੂਰ ਹੋਰ ਚੱਲਦਿਆਂ ਦੱਸਾਂਗੇ। ਰਾਜੇ ਦਾ ਹੌਸਲਾ ਬਣ ਗਿਆ, ਚੱਲਦਿਆਂ ਚੱਲਦਿਆਂ ਥੋੜੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤੇ ਦੱਸੋ। ਸੰਤ ਕਹਿੰਦੇ ਨਹੀਂ ਅੱਗੇ। ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੀ ਸਟੇਟ ਇੱਥੇ ਤੱਕ ਹੈ, ਮੇਰਾ ਰਾਜ ਪਾਠ ਇੱਥੇ ਤੱਕ ਹੈ, ਮੇਰਾ ਰਾਜ ਪਾਠ ਪਿੱਛੇ ਰਹਿ ਗਿਆ, ਮੇਰੇ ਮਹਿਲ ਪਿੱਛੇ ਰਹਿ ਗਏ, ਮੇਰਾ ਪਰਿਵਾਰ ਪਿੱਛੇ ਰਹਿ ਗਿਆ, ਇੱਥੇ ਹੱਦ ਖਤਮ ਹੁੰਦੀ ਹੈ। ਸੰਤ ਕਹਿਣ ਲੱਗਾ ਤੇਰੇ ਤੇ ਮੇਰੇ ਚ ਇਹੀ ਫਰਕ ਹੈ, ਤੇਰੇ ਮਹਿਲ ਪਿੱਛੇ ਨੇ ਮੇਰੇ ਅੱਗੇ ਨੇ, ਤੇਰਾ ਸਭ ਕੁਛ ਪਿੱਛੇ ਹੈ, ਮੇਰਾ ਸਭ ਕੁਛ ਅੱਗੇ ਹੈ। ਜਿੱਥੋਂ ਤੇਰਾ ਸਭ ਕੁਛ ਖਤਮ ਹੁੰਦਾ ਹੈ, ਉਸੇ ਜਗ੍ਹਾ ਤੋਂ ਮੇਰਾ ਸਭ ਕੁਛ ਸ਼ੁਰੂ ਹੁੰਦਾ ਹੈ। ਜਾ ਤੇਰੇ ਮਹਿਲ ਛੱਡੇ, ਕੱਪੜੇ ਉਤਾਰ ਕੇ ਪਰੇ ਸੁੱਟ ਦਿੱਤੇ, ਆਪਾਂ ਚਲੇ ਅੱਗੇ, ਤਾਂ ਤੇਰੇ ਮੇਰੇ ਚ ਹੀ ਫਰਕ। ਤੂੰ ਅੱਗੇ ਨਹੀਂ ਆ ਸਕਦਾ, ਪਿੱਛੇ ਮੁੜ ਸਕਦਾ ਹੈ, ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ, ਅਗਾਂਹ ਜਾਂਦੇ ਹੁੰਦੇ। ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ? ਬੰਦਾ ਆ ਗਿਆ ਗੁਰਦੁਆਰੇ, ਸੁਰਤ ਪਿੱਛੇ ਕਾਰੋਬਾਰ ਜਾ ਰਹੀ ਹੈ, ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ, ਸ਼ਬਦ ਦੇ ਨਾਲ ਜੋੜ, 1-2 ਘੰਟੇ ਲਈ ਤੇ ਕਰ, ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਚ, ਕਾਰੋਬਾਰ ਦੇ ਚ, ਘਰ ਦੇ ਚ ਸੁਰਤ ਪਿੱਛੇ ਜਾਂਦੀ ਹੈ, ਅੱਗੇ ਨਹੀਂ ਜਾਂਦੀ। ਸਾਹਿਬ ਕਹਿੰਦੇ ਨੇ ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਪਿੱਛੇ ਤੇ ਸਾਡਾ ਸੰਸਾਰ ਹੈ, ਅੱਗੇ ਨਿਰੰਕਾਰ ਹੈ, ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ, ਕਾਰੋਬਾਰ ਤੇ ਅੱਗੇ, ਪਿੱਛੇ ਤੇ ਸਾਡਾ ਕਾਰੋਬਾਰ ਹੈ, ਨਿਰੰਕਾਰ ਦੀ ਦੁਨੀਆਂ ਤੇ ਅੱਗੇ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਆਵਾ ਬਹੁੜ ਨਾ ਹੋਵੀ ਜਨਮੜਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਐ ਮੇਰੇ ਪਾਤਸ਼ਾਹ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਦ ਇਸ਼ਕ ਸੌਦਾ ਏ। ਉਹ ਪਿਆਰ ਦੇ, ਉਹ ਇਸ਼ਕ ਦੇ, ਉਹ ਭਾਵਨਾ ਦੇ, ਉਹ ਸ਼ਰਧਾ ਦੇ, ਇੱਕ ਦਫਾ ਸਾਰੇ ਕਹਿ ਦੇਣ ਨੰਦ ਲਾਲ ਸੁਦਾਈ ਹੋ ਗਏ, ਪਾਗਲ ਹੋ ਗਏ।
ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਆਲਮ ਫਾਜ਼ਲ ਕਹਿੰਦੇ ਨੇ, ਪੰਡਿਤ ਕਹਿੰਦੇ ਨੇ, ਮਹਾਵਿਦਵਾਨ ਕਹਿੰਦੇ ਨੇ, ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ। ਹੈਰਾਨਗੀ ਦੀ ਗੱਲ, ਚੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ। ਇਸ ਦੌਰ ਵਿੱਚ ਸ਼ਰਧਾਲੂ ਹੋਣਾ ਬੜਾ ਔਖਾ ਹੋ ਗਿਆ। ਬਹੁਤੇ ਸ਼ਰਧਾਲੂ ਨੂੰ ਲੋਕੀ ਪਾਗਲ ਕਹਿਣ ਲੱਗ ਪੈਂਦੇ, ਬਹੁਤੇ ਸ਼ਰਧਾਲੂ ਨੂੰ ਲੋਕੀ ਬੋਲਾ ਕਹਿਣ ਲੱਗ, ਔਖਾ ਹੋਣਾ। ਨਿੱਕੀ ਨਿੱਕੀ ਗੱਲ ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ, ਬਹੁਤ ਛੋਟੀਆਂ ਛੋਟੀਆਂ ਗੱਲਾਂ। ਹਜ਼ਾਰਾਂ ਦਫ਼ਾ ਰੱਬ ਦੀ ਕਥਾ ਸੁਣੀ ਹੋਵੇ, ਗੁਰਬਾਣੀ ਦੀ ਵਿਚਾਰ ਸੁਣੀ ਹੋਵੇ, ਕਿਤੇ ਮਾੜੀ ਜਿਹੀਆਂ ਸ਼ਰਧਾ ਬਣਦੀ ਹੈ, ਇੱਕੋ ਹੀ ਮਨੁੱਖ ਦੇ ਕਿਧਰੇ ਦੋ ਬੋਲ ਅਸ਼ਰਧਾ ਬਾਰੇ ਸੁਣ ਲਈਏ, ਸ਼ਰਧਾ ਟੁੱਟ ਜਾਂਦੀ। ਕੀ ਸ਼ਰਧਾ ਹੈ ਮਨੁੱਖਾਂ ਦੀ? ਕੁਛ ਵੀ ਨਹੀਂ, ਕੱਚੀ ਕੰਧ ਤੇ ਖੜੀ ਹੈ। ਤੋ ਲਵਸ ਬਣੀ ਬਣਾਈ ਸ਼ਰਧਾ ਨੂੰ ਤੋੜ ਕੇ ਰੱਖ ਦਿੰਦੇ। ਇੱਥੋਂ ਹੀ ਪਤਾ ਚੱਲਦਾ ਮਨੁੱਖ ਕੋਲ ਸ਼ਰਧਾ ਐਵੇਂ ਕੱਚੀ ਕੰਧ ਵਰਗੀ ਹੈ, ਕਲਰੀ ਕੰਧ ਵਰਗੀ ਹੈ, ਕੁਛ ਵੀ ਨਹੀਂ, ਮਾੜਾ ਜਿਹਾ ਧੱਕਾ ਦਿੱਤਾ ਤੇ ਗਈ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਦ੍ਰਿਸ਼ਟੀ ਚਾਹੀਦੀ ਹੈ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ। ਦ੍ਰਿਸ਼ਟੀ ਗਿਆਨ ਹੈ, ਸਮਝ ਹੈ, ਅਕਲ ਹੈ, ਸ਼ਰਧਾ ਪੈਰ ਨੇ, ਭਾਵਨਾ ਪੈਰ ਹੈ, ਪਿਆਰ ਪੈਰ। ਪੈਂਡਾ ਪਿਆਰ ਨਾਲ ਤੈਅ ਹੁੰਦਾ, ਸ਼ਰਧਾ ਨਾਲ ਤੈਅ ਹੁੰਦਾ, ਅਕਲ ਨਾਲ ਨਹੀਂ। ਅਕਲ ਨਾਲ ਪੈਂਡਾ ਦਿਖਾਈ ਦਿੰਦਾ, ਮੰਜ਼ਿਲ ਦਿਖਾਈ ਦਿੰਦੀ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਨੇ, ਸ਼ਰਧਾ ਬਿਲਕੁਲ ਨਹੀਂ ਹੈ, ਭਾਵਨਾ ਬਿਲਕੁਲ ਨਹੀਂ ਹੈ, ਪਿਆਰ ਬਿਲਕੁਲ ਨਹੀਂ ਹੈ। ਭਾਵੇਂ ਚੋਟੀ ਦਾ ਗਿਆਨੀ ਹੋਵੇ, ਉਰਾਰ ਹੀ ਰਹਿ ਜਾਏਗਾ, ਕੁਛ ਵੀ ਨਹੀਂ। ਹਿਰਦਾ ਵੀ ਕਠੋਰ ਹੋਵੇਗਾ, ਬੜਾ ਕਠੋਰ ਹੋਵੇਗਾ। 5000 ਸਾਲ ਤੱਕ ਬ੍ਰਾਹਮਣਾਂ ਨੇ ਜੋ ਚੋਟੀ ਦੇ ਵਿਦਵਾਨ ਸਨ, ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਨੇ। ਬੜਾ ਚੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ, ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ ਮਾਸੂਮ ਬੱਚਿਆਂ ਦਾ। ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ, ਬਗਲ ਵਿੱਚ ਕੁਰਾਨ ਪੂਰੀ ਕੰਠ ਹਾਫਿਜ਼ ਸੀ, ਅਰਥ ਬੋਧ ਆਉਂਦਾ ਸੀ, ਹਦੀਸਾਂ ਪੜਾਉਂਦਾ ਸੀ, ਬੜਾ ਵਿਦਵਾਨ ਚੋਟੀ ਦਾ, ਹੱਥ ਦੇ ਤਸਵੀ ਹੈ। ਜਦ ਸੂਬਾ ਸਰਹੰਦ ਨੇ ਇਹ ਆਖਿਆ, ਇਸਲਾਮ ਇਹ ਕਹਿੰਦਾ, ਮੁਹੰਮਦ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਹੱਥੋਂ ਕਿਸੇ ਨਾਬਾਲਗ ਬੱਚੇ ਦਾ ਔਰ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ, ਖੁਦਾ ਮਾਫ਼ ਨਹੀਂ ਕਰੇਗਾ। ਉਹ ਨਵਾਬ ਕਾਜ਼ੀ ਨੂੰ ਕਹਿੰਦਾ, ਕੀ ਕਰੀਏ ਕੀ ਕਰੀਏ, ਇਹਨਾਂ ਬੱਚਿਆਂ ਦਾ ਕੀ ਕਰੀਏ। ਕਾਜ਼ੀ ਕਹਿੰਦਾ, ਖੂਨ ਡੋਲਣ ਦੀ ਕੀ ਲੋੜ ਹੈ, ਖੂਨ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦੋ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ, ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ। ਰਸਤੇ ਤੇ ਚੱਲਣ ਦੀ ਤੋਫੀਕ ਕੋਈ ਨਹੀਂ, ਸ਼ਰਧਾ ਤੇ ਹੈ ਹੀ ਕੋਈ ਨਹੀਂ, ਭਾਵਨਾ ਤੇ ਹੈ ਹੀ ਕੋਈ ਨਹੀਂ, ਪ੍ਰੇਮ ਤੇ ਹੈ ਕੋਈ, ਸੰਬੰਧ ਤੇ ਪ੍ਰੇਮ ਨਾਲ ਜੁੜ ਜਾਂਦਾ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ, ਬੜੇ ਬੜੇ ਦਾਰਸ਼ਨਿਕ ਫਿਲਾਸਫਰ ਚਿੰਤਕ ਬੁਲਾਰੇ ਲਿਖਾਰੀ ਮੈਂ ਪੱਥਰ ਦਿਲ ਦੇਖੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਹੈ, ਇਹ ਤੇ ਚੱਲ ਹੀ ਨਹੀਂ ਸਕਦਾ, ਉੱਥੇ ਬੈਠਾ ਰਹੇਗਾ,
ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ। ਪਰ ਪੈਰ ਹੈਗੇ ਨੇ, ਅੱਖਾਂ ਨਹੀਂ। ਯਕੀਨ ਜਾਣੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ। ਸੂਰਦਾਸ ਅੰਮ੍ਰਿਤਸਰ ਪਹੁੰਚ ਗਿਆ ਸੀ, ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ, ਭਟਕ ਭਟਕ ਕੇ। ਬਾਹਰ ਦੀਆਂ ਅੱਖਾਂ ਇਸਦੇ ਕੋਲ ਨਹੀਂ ਸਨ। ਜੇ ਬਾਹਰ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਭਟਕ ਕੇ ਮਨੁੱਖ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ। ਚਲੋ, ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ, ਸੋਝ ਸਮਝ ਪਰਮਾਤਮਾ ਦੇ ਨਹੀਂ ਹੈ, ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ। ਯਕੀਨ ਜਾਣੋ ਪਹੁੰਚ ਜਾਂਦਾ ਹੈ, ਪਹੁੰਚ ਜਾਂਦਾ ਹੈ। ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਖੋਲਾਂਗਾ। 4 ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ। ਦਾਸ ਦੇਵ ਕਥਾਠ ਤੋਂ 9 ਤੁਹਾਡੇ ਚਰਨ ਪਰਸਾਂਗੇ, ਉਹਦੇ ਵਿੱਚ ਖੋਲਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ ਭੁੱਲ ਚੁੱਕ ਦੀ ਸਮਾਂ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਦੇ, ਪਿਆਰ ਦੀ ਸੌਗਾਤ ਪਾਵਨ, ਸ਼ਰਧਾ ਦੀ ਸੌਗਾਤ ਪਾਵਨ, ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ। ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ, ਸ਼ਰਧਾ ਪਹੁੰਚਾ ਦਿੰਦੀ। ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ, ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ। ਔਰ ਸਾਫ਼ ਕਹਿ ਦਿੱਤਾ ਕਲਗੀਧਰ ਪਾਤਸ਼ਾਹ, ਸੱਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਗੁਣ ਇਹ ਤੋ ਬ੍ਰਿੰਦ ਬਰਾਤ ਜਨਾਵਰ, ਏਕ ਬੈਰਾਗ ਬਿਨਾ ਸਭ ਠੀਕ ਹੈ। ਭਰਤਰੀ ਕਹਿੰਦਾ ਹੈ, ਬੰਦਾ ਗਿਆਨੀ ਹੈ, ਦਾਨੀ ਹੈ, ਬੜਾ ਕੁਛ ਕਰਦਾ ਹੈ, ਪਿਆਰ ਨਹੀਂ ਹੈ ਇਹਦਾ, ਸਭ ਕੁਛ ਇੰਜ ਹੈ। ਉਹ ਬਰਾਤ ਜਿਹਦੇ ਚ ਲਾੜਾ ਹੀ ਕੋਈ ਨਹੀਂ, ਲਾੜਾ ਹੀ ਕੋਈ ਨਹੀਂ, ਇਸ ਬਰਾਤ ਦੇ ਕੀ ਮਿਹਨਤ ਰੱਖ।